ਹੈਲੋ ਦੋਸਤੋ ਗੁਰੂ ਸਟਡੀ ਪੁਆਇੰਟ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਤੁਹਾਨੂੰ ਪਹਿਲੇ ਹੀ ਪਤਾ ਆਪਾਂ ਪੰਜਾਬ ਦੇ ਵਿੱਚ ਨਿਕਲੀਆਂ ਸਾਰੀਆਂ ਪੋਸਟਾਂ ਜਿਵੇਂ ਕਿ ਪੰਜਾਬ ਪੁਲਿਸ ਪੰਜਾਬ ਪਟਵਾਰੀ ਜੇਲ੍ਹ ਗਾਰਡਨ ਐਂਟੀਟੀ 8393 ਪੋਸਟਾਂ ਦੇ ਵਿੱਚ ਜੋ ਕਿ ਜੀਕੇ ਦਾ ਪੋਰਸ਼ਨ ਹੈ ਉਹਦੀ ਆਪਾਂ ਬੜੇ ਵਧੀਆ ਤਰੀਕੇ ਨਾਲ ਆਪਣੇ ਚੈਨਲ ਗੁਰੂ ਸਟਡੀ ਪੁਆਇੰਟ ਤੇ ਤਿਆਰੀ ਕਰਵਾ ਰਹੇ ਹਾਂ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਆ ਵਨ ਲਾਈਨਰ ਪ੍ਰਸ਼ਨ ਤਾਂ ਜੋ ਤੁਹਾਡੀ ਕੁਇਕ ਤਿਆਰੀ ਹੋ ਸਕੇ ਤੁਹਾਡੀ ਰਿਵੀਜ਼ਨ ਹੋ ਸਕੇ ਤੇ ਪੇਪਰ ਦੇ ਜੀਕੇ ਦੇ ਪੋਰਸ਼ਨ ਦੇ ਵਿੱਚ ਤੁਸੀਂ 100/100 ਪ੍ਰਸ਼ਨਾਂ ਦੇ ਉੱਤਰ ਦੇ ਸਕੋ ਸੋ ਦੋਸਤੋ ਆਪਣਾ ਅੱਜ ਦਾ ਇਹ ਟੌਪਿਕ ਜਿਹਦੇ ਵਿੱਚ 50 ਪ੍ਰਸ਼ਨ ਹੋਣਗੇ ਵਨ ਲਾਈਨਰ ਪ੍ਰਸ਼ਨ ਹੋਣਗੇ ਨਾਲ ਆਪਾਂ ਇਹਨਾਂ ਦੇ ਹੋਰ ਫੈਕਟ ਦੱਸਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਸ਼ੁਰੂ ਕਰਦੇ ਆ ਆਪਣਾ ਪਹਿਲਾ ਪ੍ਰਸ਼ਨ 1905 ਈਸਵੀ ਵਿੱਚ ਬੰਗਾਲ ਦੀ ਵੰਡ ਕਿਸ ਅੰਗਰੇਜ਼ ਗਵਰਨਰ ਜਨਰਲ ਨੇ ਕੀਤੀ ਸੀ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਇਹ ਲਾਰਡ ਕਰਜ਼ਨ ਨੇ ਕੀਤੀ ਸੀ ਲਾਰਡ ਕਰਜ਼ਨ ਦਾ ਜਿਹੜਾ ਸਮਾਂ ਸੀ ਦੋਸਤੋ ਉਹ 1899 ਤੋਂ 1905 ਤੱਕ ਦਾ ਸਮਾਂ ਸੀਗਾ ਇਹਦਾ ਹੈ ਸੋ ਦੋਸਤੋ ਇਸ ਸਮੇਂ ਹੀ ਬੰਗਾਲ ਦੀ ਵੰਡ ਕਰਕੇ ਇਹਨਾਂ ਨੇ ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਦੇ ਵਿੱਚ ਪੇਸ਼ ਕੀਤੀ ਸੀ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਇਹ ਫੁੱਟ ਪਾ ਫੁੱਟ ਪਾਉਣ ਦਾ ਜਿਹੜਾ ਕਾਰਨ ਸੀਗਾ ਬੰਗਾਲ ਦੀ ਵੰਡ ਕਰਨਾ ਇਸੇ ਵੰਡ ਦੇ ਤਹਿਤ ਹੀ ਸਵਦੇਸ਼ੀ ਬਾਈਕਾਟ ਅੰਦੋਲਨ ਸ਼ੁਰੂ ਕੀਤਾ ਸੀ ਸੁਰਿੰਦਰਨਾਥ ਬੈਨਰਜੀ ਨੇ ਅਗਲਾ ਪ੍ਰਸ਼ਨ ਕਰਦੇ ਆਂ 2 ਨੰਬਰ ਪ੍ਰਸ਼ਨ ਮੁਸਲਮਨ ਲੀਗ ਦੀ ਸਥਾਪਨਾ ਕਦੋਂ ਹੋਈ ਸੋ ਦੋਸਤੋ ਮੁਸਲਮਨ ਲੀਗ ਦੀ ਸਥਾਪਨਾ 1906 ਦੇ ਵਿੱਚ ਹੋਈ ਸੀ ਜੀ ਸਲੀਮ ਉੱਲਾਖਾਂ ਨੇ ਇਹ ਕੀਤੀ ਸੀ ਮੁਸਲਮਾਨ ਲੀਗ ਦੀ ਸਥਾਪਨਾ ਪ੍ਰਧਾਨ ਇਹਦਾ ਬਣਿਆ ਸੀਗਾ ਜੀ ਆਗਾ ਖਾਂ ਸੋ ਟਾਕਾ ਦੇ ਵਿੱਚ ਇਹ ਸਥਾਪਨਾ ਕੀਤੀ ਗਈ ਸੀ ਜੀ ਟਾਕਾ ਚ ਤਿੰਨ ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਮਰਾਠੀ ਅਖਬਾਰ ਕੇਸਰੀ ਕਿਸ ਨੇ ਪ੍ਰਕਾਸ਼ਿਤ ਕੀਤਾ ਬਾਲ ਗੰਗਾਧਰ ਤਿਰਕ ਨੇ ਪੇਸ਼ ਕੀਤਾ ਸੀ ਜੀ ਇਹ ਬੈਰੀ ਬੈਰੀ ਇਪੋਰਟੈਂਟ ਹੈ ਬਾਲ ਗੰਗਾਧਰ ਤਿਰਕ ਨੂੰ ਦੇਸ਼ ਭਗਤਾਂ ਦਾ ਰਾਜਕੁਮਾਰ ਵੀ ਕਿਹਾ ਜਾਂਦਾ ਹੈ ਦੇਸ਼ ਭਗਤਾਂ ਦਾ ਰਾਜਕੁਮਾਰ ਯਾਦ ਰੱਖਣਾ ਤੁਸੀਂ ਦੇਸ਼ ਭਗਤਾਂ ਦਾ ਰਾਜkumar ਜੀ ਇਹ ਕਿਹਨੂੰ ਕਿਹਾ ਜਾਂਦਾ ਪੁੱਛਿਆ ਜਾਵੇ ਤਾਂ ਬਾਲ ਗੰਗਾਧਰ ਤਿਲਕ ਨੂੰ ਚਾਰ ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਸਵਰਾਜ ਮੇਰਾ ਜਨਮ ਸਿੱਧਾ ਅਧਿਕਾਰ ਹੈ ਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਗਾ ਇਹ ਕਿਸ ਨੇ ਕਿਹਾ ਇਹ ਬਾਲ ਗੰਗਾਧਰ ਤਿਲਕ ਨੇ ਕਿਹਾ ਸੀ ਪ੍ਰਸ਼ਨ ਨੰਬਰ 5 ਦੋਸਤੋ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਸਰਕਾਰ ਖਿਲਾਫ ਨਾ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਕੀਤਾ ਸੋ ਦੋਸਤੋ ਇਹ ਸ਼ੁਰੂ ਕੀਤਾ ਸੀਗਾ ਜੀ 1920 ਦੇ ਵਿੱਚ ਸੋ ਇਸੇ ਅੰਦੋਲਨ ਦੇ ਤਹਿਤ ਇਸੇ ਅੰਦੋਲਨ ਦੇ ਚੱਲਦਿਆਂ ਚੌਰਾ ਚੋਰੀ ਦੀ ਇੱਕ ਘਟਨਾ ਹੋ ਗਈ ਸੀ ਜਿਹਦੇ ਵਿੱਚ ਅੰਦੋਲਨ ਕਰਮੀਆਂ ਨੇ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਸੀ ਸੋ ਇਸੇ ਘਟਨਾ ਦੇ ਕਾਰਨ 5 ਫਰਵਰੀ 5 ਫਰਵਰੀ 1922 ਨੂੰ ਇਹ ਅੰਦੋਲਨ ਮਹਾਤਮਾ ਗਾਂਧੀ ਨੇ ਵਾਪਸ ਲੈ ਲਿਆ ਸੀ ਦੋਸਤੋ ਜਦੋਂ ਇਹ ਅੰਦੋਲਨ ਵਾਪਸ ਲੈ ਲਿਆ ਤਾਂ ਮੋਤੀ لال ਨਹਿਰੂ ਤੇ ਸੀਰ ਦਾਸ ਨੇ ਸਵਰਾਜ ਪਾਰਟੀ ਬਣਾ ਲਈ ਸੀਗੀ ਸਵਰਾਜ ਪਾਰਟੀ 1923 ਦੇ ਵਿੱਚ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ ਯਾਦ ਰੱਖਿਓ ਤੁਹਾਡੇ ਜੀਕੇ ਪੋਰਸ਼ਨ ਦੇ ਵਿੱਚ ਬੜੇ ਲਾਹੇਵੰਦ ਨੇ 99 ਪ੍ਰਸ਼ਨ ਲੈ ਕੇ ਆਏ ਆ ਤੁਹਾਡੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਦੋਸਤੋ ਅਗਲਾ ਪ੍ਰਸ਼ਨ ਕਰਦੇ ਆਂ ਅੰਗਰੇਜ਼ੀ ਸਰਕਾਰ ਦੁਆਰਾ ਪਖ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਕਦੋਂ ਦਿੱਤੀ ਗਈ ਸੋ ਇਹ ਦਿੱਤੀ ਗਈ ਸੀ ਜੀ 23 ਮਾਰਚ 1931 ਨੂੰ ਸੋ ਦੋਸਤੋ ਪਖ ਸਿੰਘ ਹੋਰਾਂ ਦੇ ਨਾਲ ਜੋ ਜਤਿੰਦਰਨਾਥ ਦਾਸ ਸੀ ਜਿਹੜਾ ਭੁੱਖ ਹੜਤਾਲ ਤੇ ਬੈਠਿਆ ਉਹਦੀ ਡੈਥ ਹੋ ਗਈ ਸੀ ਉਹ 63 ਦਿਨ ਬੈਠਾ ਰਿਹਾ ਸੀ ਜੀ ਭੁੱਖ ਹੜਤਾਲ ਤੇ ਜਤਿੰਦਰਨਾਥ ਦਾਸ ਸੋ 13 ਸਤੰਬਰ 13 ਸਤੰਬਰ 1929 ਨੂੰ ਉਹਦੀ ਡੈਥ ਹੋ ਗਈ ਸੀ ਜੀ ਇਹ ਵੀ ਯਾਦ ਰੱਖਣਾ ਤੁਸੀਂ ਨਾਲ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ ਜੀ ਇਹ ਸ਼ੁਰੂ ਹੋਇਆ ਸੀ ਜੀ 1942 ਨੂੰ 8 ਅਗਸਤ 1942 ਤੋਂ ਇਹ ਸ਼ੁਰੂ ਹੋਇਆ ਸੀ ਜੀ ਭਾਰਤ ਛੱਡੋ ਅੰਦੋਲਨ ਸੋ ਦੋਸਤੋ ਸੰਵਿਧਾਨ ਸਭਾ ਬਣਾਉਣ ਦਾ ਜਿਹੜਾ ਪ੍ਰਸਤਾਵ ਕੀਤਾ ਸੀਗਾ 1942 ਦੇ ਵਿੱਚ ਲਾਰਡ ਲਨ ਲੇਥਗੋ ਦੁਆਰਾ ਇਹ ਵੀ ਇਹਦੇ ਨਾਲ ਰਿਲੇਟ ਕਰਕੇ ਯਾਦ ਰੱਖਣਾ 1942 ਦੇ ਨਾਲ ਸੰਬੰਧਿਤ ਸੀ ਭਾਰਤੀ ਸੁਤੰਤਰਤਾ ਐਕਟ 1947 ਦੇ ਪਾਸ ਕਰਨ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ ਜੀ ਜਦੋਂ 1947 ਦਾ ਐਕਟ ਪਾਸ ਕੀਤਾ ਗਿਆ ਉਹਦਾ ਵਾਇਸਰਾਏ ਸੀਗਾ ਜੀ ਲਾਰਡ ਮਾਉਂਟ ਵੇਟਨ ਭਾਰਤ ਦਾ ਆਜ਼ਾਦ ਭਾਰਤ ਦਾ ਪਹਿਲਾ ਵਾਇਸਰਾਏ ਵੀ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ ਆਜ਼ਾਦ ਭਾਰਤ ਦਾ ਪਹਿਲਾ ਗ੍ਰਹਿ ਮੰਤਰੀ ਕੌਣ ਸੀ? ਆਜ਼ਾਦ ਭਾਰਤ ਦਾ ਪਹਿਲਾ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਸੀ ਜਿਨ੍ਹਾਂ ਨੇ ਦੇਸੀ ਰਿਆਸਤਾਂ ਨੂੰ ਭਾਰਤੀ ਸਰਕਾਰ ਦੇ ਅਧੀਨ ਲਿਆਂਦਾ ਸੀਗਾ। ਅਗਲਾ ਪ੍ਰਸ਼ਨ ਦੇਖਦੇ ਆਂ ਵੱਲਭ ਭਾਈ ਪਟੇਲ ਦੀ ਜਿਹੜੀ ਮੂਰਤੀ ਹੈ ਜੀ ਉਹ ਨਰਮਦਾ ਨਦੀ ਦੇ ਕੰਢੇ ਗੁਜਰਾਤ ਦੇ ਵਿੱਚ ਬਣੀ ਹੋਈ ਹੈ। ਗੁਜਰਾਤ ਦੇ ਵਿੱਚ ਨਰਮਦਾ ਨਰਮਦਾ ਨਦੀ ਦੇ ਕੰਢੇ ਦੇ ਵਿੱਚ ਕੰਢੇ ਤੇ ਬਣੀ ਹੈ। ਸੋ ਇਹ ਯਾਦ ਰੱਖਣਾ ਤੁਸੀਂ ਇਹ ਇੱਕ 182 ਮੀਟਰ ਉੱਚੀ ਆ 182 ਮੀਟਰ ਉੱਚੀ ਹੈ ਜੇਕਰ ਫੁੱਟਾਂ ਦੇ ਵਿੱਚ ਪੁੱਛ ਲਿਆ ਜਾਵੇ ਤਾਂ 597 ਫੁੱਟ ਉਚਾਈ ਬਣਦੀ ਹੈ ਇਸ ਮੂਰਤੀ ਦੀ ਜੋ ਕਿ ਮੋਦੀ ਸਰਕਾਰ ਨੇ ਬਣਾਈ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਭਾਰਤ ਸਰਕਾਰ ਨੇ ਯੋਜਨਾ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਹੈ 1950 ਦੇ ਵਿੱਚ ਕੀਤੀ ਸੀ ਜੀ ਪ੍ਰਸ਼ਨ ਨੰਬਰ 11 ਸਾਰਕ ਦੀ ਸਥਾਪਨਾ ਕਦੋਂ ਕੀਤੀ ਗਈ ਸੋ ਦੋਸਤੋ ਸਾਰਕ ਦੀ ਸਥਾਪਨਾ 1985 ਦੇ ਵਿੱਚ ਕੀਤੀ ਗਈ ਦੱਖਣੀ ਏਸ਼ੀਆ ਦੇ ਦੇਸ਼ਾਂ ਦੇ ਸ਼ਾਂਤੀ ਸਥਾਪਿਤ ਕਰਨ ਲਈ ਇਹ ਸਾਰਕ ਦੀ ਸਥਾਪਨਾ ਹੋਈ ਸੀ ਜਿਹੜਾ ਏਸ਼ੀਆ ਦਾ ਦੱਖਣੀ ਭਾਗ ਸੀ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਸੋ ਇਸੇ ਲਈ ਇਹ ਸਾਰਕ ਦੀ ਜਿਹੜੀ ਸਥਾਪਨਾ ਹੋਈ ਸੀ ਗੁੱਟਨਰਲੇਪ ਲਹਿਰ ਕਦੋਂ ਸ਼ੁਰੂ ਕੀਤੀ ਸੋ ਦੋਸਤੋ 1961 ਦੇ ਵਿੱਚ ਗੁੱਟਨਰਲੇਪ ਜਿਹੜੀ ਲੇਅਰ ਸੀ ਉਹ ਸ਼ੁਰੂ ਹੋਈ ਸੀਗੀ 120 ਵਿਕਾਸਸ਼ੀਲ ਦੇਸ਼ਾਂ ਦਾ ਗੁੱਟ ਸੀਗਾ ਜੀ ਇਹ 120 ਵਿਕਾਸਸ਼ੀਲ ਦੇਸ਼ ਜਿਹੜੇ ਉਦੋਂ ਵਿਕਾਸ ਕਰ ਰਹੇ ਸੀਗੇ ਸੋ ਜਦੋਂ ਯੂਐਸਐਸਆਰ ਤੇ ਅਮਰੀਕਾ ਦੇ ਦੋ ਧੜੇ ਬਣ ਗਏ ਸੀਗੇ ਤੇ 120 ਦੇਸ਼ਾਂ ਨੇ ਫਿਰ ਇਹ ਇੱਕ ਗੁੱਟਨਰਲੇਪ ਨੀਤੀ ਬਣਾ ਲਈ ਸੀ ਵੀ ਅਸੀਂ ਇਹਨਾਂ ਦੋਨਾਂ ਧੜਿਆਂ ਦੇ ਵਿੱਚੋਂ ਕਿਸੇ ਨਾਲ ਨਹੀਂ ਮਿਲਣਾ ਸੋ ਇਹ ਸੀ ਜੀ ਗੋਟਰਨ ਲੇਪ ਨੀਤੀ 1964 ਦੇ ਵਿੱਚ ਬਣੀ ਪ੍ਰਸ਼ਨ ਨੰਬਰ 13 ਦੇਖਦੇ ਆਂ ਦੋਸਤੋ ਭਾਰਤ ਦੇ ਗੋਆ ਦਮਨ ਅਤੇ ਦਿਉ ਇਲਾਕਿਆਂ ਵਿੱਚ ਕਿੰਨਾ ਦਾ ਰਾਜ ਸੀ ਇੱਥੇ ਪੁਰਤਗਾਲੀਆਂ ਦਾ ਰਾਜ ਸੀ ਜੀ ਇਹ ਪੁਰਤਗਾਲੀਆਂ ਦੀਆਂ ਬਸਤੀਆਂ ਸਨ 14 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਗੋਆ ਨੂੰ ਇੱਕ ਰਾਜ ਦਾ ਦਰਜਾ ਕਦੋਂ ਦਿੱਤਾ ਗਿਆ ਇਹ 25 ਮਈ 1997 ਨੂੰ ਗੋਆ ਨੂੰ ਇੱਕ ਰਾਜ ਦਾ ਦਰਜਾ ਮਿਲਿਆ ਸੀ ਜੀ ਗੋਆ ਭਾਰਤ ਦਾ ਸਾਰਿਆਂ ਤੋਂ ਛੋਟਾ ਰਾਜ ਹੈ ਘੱਟ ਖੇਤਰਫਲ ਵਾਲਾ ਰਾਜ ਹੈ ਜਿੱਥੇ ਘੱਟ ਖੇਤਰਫਲ ਜਿਹਦਾ ਉਹ ਰਾਜ ਭਾਰਤ ਦਾ ਗੋਆ ਹੈ ਜੀ ਤੇ ਪਣਜੀ ਇਹਦੀ ਰਾਜਧਾਨੀ ਹੈ ਯਾਦ ਰੱਖਣਾ ਗੋਆ ਦੀ ਰਾਜਧਾਨੀ ਪਣਜੀ ਹੈ ਜੀ 15 ਨੰਬਰ ਪ੍ਰਸ਼ਨ ਬੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਪੰਚਸ਼ੀਲ ਸਮਝੌਤਾ ਕਿਸ ਦੇਸ਼ ਦੇ ਪ੍ਰਧਾਨ ਮੰਤਰੀਆਂ ਨਾਲ ਹੋਇਆ ਸੋ ਜਿਹੜਾ ਪੰਚਸ਼ੀਲ ਸਮਝੌਤਾ ਸੀ ਇਹ ਚੀਨ ਦੇ ਪ੍ਰਧਾਨ ਮੰਤਰੀ ਨਾਲ ਹੋਇਆ ਸੀ ਜੀ ਭਾਰਤ ਵਾਲੇ ਪਾਸੇੋਂ ਨਹਿਰੂ ਜਵਾਹਰ ਲਾਲ ਨਹਿਰੂ ਸੀਗੇ ਇਸ ਸਮਝੌਤੇ ਦੇ ਤਹਿਤ ਹੀ ਨਾਰਾ ਦਿੱਤਾ ਗਿਆ ਸੀ ਹਿੰਦੂ ਚੀਨੀ ਭਾਈ ਭਾਈ ਦਾ ਜਿਹੜਾ ਨਾਰਾ ਸੀ ਜੀ ਇਹ ਦਿੱਤਾ ਗਿਆ ਸੀਗਾ ਇਹ 1954 ਦੇ ਵਿੱਚ ਸਮਝੌਤਾ ਹੋਇਆ ਸੀ ਇਹ ਆਪਣਾ ਪੰਜ ਸੀਲ ਸਮਝੌਤਾ ਬੰਗਲਾਦੇਸ਼ ਕਦੋਂ ਹੋਣ ਦੇ ਵਿੱਚ ਆਇਆ ਇਹ 1971 ਦੇ ਵਿੱਚ ਆਇਆ ਸੀ ਜੀ ਬੰਗਲਾਦੇਸ਼ ਹੋਣ ਦੇ ਵਿੱਚ ਪ੍ਰਸ਼ਨ ਨੰਬਰ 17 ਦੋਸਤੋ ਭਾਰਤ-ਚੀਨ ਯੁੱਧ ਕਦੋਂ ਹੋਇਆ? ਇਹ 1962 ਦੇ ਵਿੱਚ ਹੋਇਆ ਸੀ ਜੀ ਯਾਦ ਰੱਖਣਾ। ਭਾਰਤ ਦਾ ਚੀਨ ਦੇ ਨਾਲ ਯੁੱਧ 18 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਕਿਸ ਨੇ ਸਭ ਤੋਂ ਪਹਿਲਾਂ ਪੰਘੋਲ ਸ਼ਬਦ ਦਾ ਪ੍ਰਯੋਗ ਕੀਤਾ? ਇਹ ਇਰਟੇ ਸਥਲੀਜ ਨੇ ਪ੍ਰਯੋਗ ਕੀਤਾ ਸੀ ਜੀ ਪੰਘੋਲ ਸ਼ਬਦ ਦਾ ਪ੍ਰਸ਼ਨ ਨੰਬਰ 19 ਦੋਸਤੋ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਦੱਸੋ। ਸੂਰਜ ਦੇ ਸਭ ਤੋਂ ਨੇੜੇ ਨੇੜੇ ਦਾ ਗ੍ਰਹਿ ਹੈ ਜਿਹੜਾ ਉਹ ਬੁੱਧ ਹੈ ਜੀ। ਇਹ ਸਾਰਿਆਂ ਤੋਂ ਛੋਟਾ ਗ੍ਰਹਿ ਹੈ ਯਾਦ ਰੱਖਣਾ ਸਾਰਿਆਂ ਨੇ ਛੋਟਾ ਗ੍ਰਹਿ ਇਹੀ ਹੈ ਜੇਕਰ ਸੂਰਜ ਦੇ ਨੇੜੇ ਦੇ ਦੂਰੀ ਦੇ ਹਿਸਾਬ ਨਾਲ ਪੁੱਛਿਆ ਜਾਵੇ ਧਰਤੀ ਕਿਹੜੇ ਕੈਮੇ ਸਥਾਨ ਤੇ ਹੈ ਤਾਂ ਉਹ ਤੀਜੇ ਤੇ ਹੈ ਯਾਦ ਰੱਖਣਾ ਧਰਤੀ ਦਾ ਸਥਾਨਾ ਜਿਹੜਾ ਉਹ ਤੀਸਰਾ ਹੈਗਾ ਦੂਰੀ ਦੇ ਹਿਸਾਬ ਨਾਲ ਸੂਰਜ ਤੋਂ ਆਕਾਰ ਦੇ ਹਿਸਾਬ ਨਾਲ ਪੰਜਵਾਂ ਜੀ ਯਾਦ ਰੱਖਣਾ ਬੁੱਧ ਦੇ ਨਾਲ ਸੰਬੰਧਿਤ ਇੱਕ ਹੋਰ ਨੋਟ ਕਰ ਲਓ ਇਹ 87 ਦਿਨਾਂ ਦੇ ਵਿੱਚ 87 ਦਿਨ 23 22 23 ਘੰਟੇ ਲਗਭਗ 22 23 ਘੰਟਿਆਂ ਦੇ ਵਿੱਚ 87 ਦਿਨ 22 ਘੰਟਿਆਂ ਦੇ ਵਿੱਚ ਇਹ ਸੂਰਜ ਦੇ ਦੁਆਲੇ ਆਪਣਾ ਚੱਕਰ ਪੂਰਾ ਕਰਦਾ ਜੀ ਅਗਲਾ ਪ੍ਰਸ਼ਨ ਕਰਦੇ ਆਂਗੇ 20 ਨੰਬਰ ਪ੍ਰਸ਼ਨ ਸਭ ਤੋਂ ਵੱਡਾ ਗ੍ਰਹਿ ਕਿਹੜਾ ਜੀ ਇਹ ਹੈ ਜੀ ਬ੍ਰਹਸਪਤੀ ਬ੍ਰਹਸਪਤੀ ਗ੍ਰਹਿ ਹੈ ਜਿਹੜਾ ਇਹ ਸਾਰਿਆਂ ਤੋਂ ਵੱਡਾ ਗ੍ਰਹਿ ਹੈ ਗੈਨੀਮੰਡ ਉਪਗ੍ਰਹਿ ਹੈ ਜੀ ਇਹਦਾ ਬ੍ਰਹਸਪਤੀ ਦਾ ਜੋ ਕਿ ਉਪਗ੍ਰਹਿ ਵੱਡਾ ਹੈ ਸਾਰਿਆਂ ਨੂੰ ਯਾਦ ਰੱਖਣਾ ਉੰਜ ਵੱਡਾ ਗ੍ਰਹਿ ਹੋ ਗਿਆ ਸਾਰਿਆਂ ਤੋਂ ਬ੍ਰਹਸਪਤੀ ਜਿਹੜੇ ਉਪਗ੍ਰਹ ਹੁੰਦੇ ਨੇ ਉਹ ਵੀ ਬੈਸਪਤੀ ਦਾ ਉਪਗ੍ਰਹ ਹੈ ਗੈਨੀਮਡ ਜੋ ਕਿ ਸਾਰਿਆਂ ਤੋਂ ਵੱਡਾ ਹੈ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ ਜੀ ਇਹ ਬੁੱਧ ਆਪਾਂ ਕਰ ਲਿਆ ਪਹਿਲਾਂ ਹੀ ਸਾਰਿਆਂ ਤੋਂ ਛੋਟਾ ਹੈ ਇਹ ਸੂਰਜ ਪਰਿਵਾਰ ਵਿੱਚ ਹੁਣ ਕਿੰਨੇ ਗ੍ਰਹਿ ਨੇ ਜੀ ਹੁਣ 8 ਗ੍ਰਹਿ ਨੇਗੇ ਪਹਿਲਾਂ 9 ਹੁੰਦੇ ਸੀਗੇ 2006 ਦੇ ਵਿੱਚ ਪਲੂਟੋ ਨੂੰ ਬਾਹਰ ਕੱਢ ਦਿੱਤਾ ਗਿਆ ਹੁਣ 8 ਗ੍ਰਹਿ ਨੇ ਜੀ ਯਾਦ ਰੱਖਣਾ ਸਾਰਿਆਂ ਨੇ ਸੂਰਜ ਜੀ ਪਰਿਵਾਰ ਦੇ ਵਿੱਚ ਅਗਲਾ ਪ੍ਰਸ਼ਨ ਦੇਖਦੇ ਆਂ ਦੋਸਤੋ ਪ੍ਰਸ਼ਨ ਨੰਬਰ 23 ਤਾਰਾ ਸਮੂਹ ਨੂੰ ਕੀ ਆਖਦੇ ਨੇ ਆਕਾਸ਼ ਗੰਗਾ ਆਖਦੇ ਨੇ ਜੀ ਤਾਰਾ ਸਮੂਹ ਨੂੰ ਸੋ ਦੋਸਤੋ ਆਪਣੀ ਜਿਹੜੀ ਆਕਾਸ਼ ਗੰਗਾ ਕੀ ਉਹ ਹੈਗੀ ਜੀ ਮਿਲਕੀ ਵੇ ਯਾਦ ਰੱਖਣਾ ਸਾਰਿਆਂ ਨੇ ਮਿਲਕੀ ਵੇ 24 ਨੰਬਰ ਪ੍ਰਸ਼ਨ ਦੋਸਤੋ ਸਾਰੇ ਗ੍ਰਹਿਆਂ ਦਾ ਜਨਮਦਾਤਾ ਕੌਣ ਹੈ ਸੋ ਸਾਰੇ ਗ੍ਰਹਿਆਂ ਦਾ ਜਿਹੜਾ ਜਨਮਦਾਤਾ ਉਹ ਸੂਰਜ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 25 ਧਰਤੀ ਦੀ ਚੰਦਰਮਾ ਤੇ ਪੈਂਦੀ ਪਰਛਾਈ ਨੂੰ ਕੀ ਆਖਦੇ ਨੇ ਇਹਨੂੰ ਚੰਦਰ ਗ੍ਰਹਿ ਗ੍ਰਹਿਣ ਕਹਿੰਦੇ ਨੇ ਜਦੋਂ ਧਰਤੀ ਦੀ ਚੰਦਰਮਾ ਤੇ ਪਰਛਾਈ ਪੈਂਦੀ ਆ ਜਦੋਂ ਧਰਤੀ ਸੂਰਜ ਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ ਤਾਂ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਧਰਤੀ ਤੇ ਪੈਂਦੀ ਆ ਤੇ ਉਹਦਾ ਪਰਛਾਵਾਂ ਜਿਹੜਾ ਉਹ ਚੰਦਰਮਾ ਤੇ ਪੈਂਦਾ ਤਾਂ ਉਹਦੋਂ ਗ੍ਰਹਿਣ ਲੱਗਦਾ ਹੈ ਚੰਦਰ ਗ੍ਰਹਿਣ ਅਗਲਾ ਪ੍ਰਸ਼ਨ 26 ਨੰਬਰ ਚੰਦਰਮਾ ਦੀ ਸਤ੍ਹਾ ਤੇ ਕਦਮ ਰੱਖਣ ਵਾਲਾ ਪਹਿਲਾ ਵਿਅਕਤੀ ਕੌਣ ਸੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਨੀਲ ਆਰਮਸਟ੍ਰਾਂਗ ਸੀ ਜੀ ਇਹ ਪਹਿਲੀ ਵਾਰ ਜਿਹੜਾ ਪਹਿਲਾ ਬੰਦਾ ਸੀ ਜਿਹੜਾ ਚੰਦਰਮਾ ਤੇ ਗਿਆ ਸੀ 27 ਨੰਬਰ ਪ੍ਰਸ਼ਨ ਦੋਸਤੋ ਉਲਕਾ ਪਿੰਡ ਦੇ ਡਿੱਗਣ ਕਾਰਨ ਬਣੇ ਹੋਏ ਮੋਗੇ ਜਾਂ ਟੋਏ ਨੂੰ ਕੀ ਕਹਿੰਦੇ ਹਨ ਐਰੀਜ਼ ਉਹਨਾਂ ਦਾ ਮੋਗਾ ਇਹ ਆਪਸ਼ਨ ਨੰਬਰ ਐਰੀਜ਼ਨਾ ਦਾ ਮੋਗਾ ਕਹਿੰਦੇ ਨੇ ਜੀ ਇਹਨੂੰ ਹੈਲੇ ਦਾ ਪੂਸ਼ਤਾਰਾ ਕਿੰਨੇ ਸਾਲਾਂ ਬਾਅਦ ਦਿਖਾਈ ਦਿੰਦਾ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਪ੍ਰੀਵੀਅਸ ਪੇਪਰਾਂ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਪ੍ਰਸ਼ਨ ਹੈ ਜੀ ਇਹ 75 76 ਸਾਲਾਂ ਬਾਅਦ ਦਿਖਾਈ ਦਿੰਦਾ ਹੈ ਹੈਲੇ ਦਾ ਪੁਸ਼ਲ ਤਾਰਾ 29 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸ਼ੁਰੂ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਰਾਜਸਥਾਨ 'ਚ ਸ਼ੁਰੂ ਕੀਤਾ ਸੀ 1959 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਵੱਲੋਂ ਸ਼ੁਰੂ ਕੀਤਾ ਗਿਆ 나ਗੌਰ ਜ਼ਿਲ੍ਹੇ ਦੇ ਵਿੱਚ ਸੋ ਦੋਸਤੋ ਇਹ 2 ਅਕਤੂਬਰ ਨੂੰ ਉਦਘਾਟਨ ਹੋਇਆ ਸੀ ਪੰਚਾਇਤੀ ਰਾਜ ਦਾ Rajasthan ਦੇ ਵਿੱਚ 2 ਅਕਤੂਬਰ ਨੂੰ ਇਹ ਯਾਦ ਰੱਖਣਾ 2 ਅਕਤੂਬਰ 1959 ਅਗਲਾ ਪ੍ਰਸ਼ਨ ਦੇਖਦੇ ਆਂ ಗ್ರಾಮ ਪੰਚਾਇਤ ਦਾ ਕਾਰਜਕਾਲ ਕਿੰਨਾ ਹੁੰਦਾ ਜੀ ਇਹ 5 ਸਾਲ ਹੁੰਦਾ ਹੈ ಗ್ರಾಮ ਪੰਚਾਇਤ ਦਾ ਕਾਰਜਕਾਲ 31 ਨੰਬਰ ਪ੍ਰਸ਼ਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਨੇ ਹਰੇਕ ਜ਼ਿਲ੍ਹੇ ਵਿੱਚ ਸਰਪੰਚਾਂ ਦੇ ਅਹੁਦੇ ਦੀ ਕੁੱਲ ਸੰਖਿਆ ਦਾ ਕਿੰਨਾ ਹਿੱਸਾ ਇਸਤਰੀਆਂ ਲਈ ਰਾਖਵਾਂ ਰੱਖਿਆ ਗਿਆ ਜੀ ਇਹ 1/3 ਹਿੱਸਾ ਰਾਖਵਾਂ ਰੱਖਿਆ ਜਾਂਦਾ ਹੈ ਇਸਤਰੀਆਂ ਲਈ ਡੈਮੋਕ੍ਰੇਸੀ ਸ਼ਬਦ ਦਾ ਅਰਥ ਕੀ ਹੈ ਜੀ ਲੋਕਾਂ ਦਾ ਸ਼ਾਸਨ ਡੈਮੋਕ੍ਰੇਸੀ ਸ਼ਬਦ ਦਾ ਅਰਥ ਹੈ ਲੋਕਾਂ ਦਾ ਸ਼ਾਸਨ 33 ਨੰਬਰ ਪ੍ਰਸ਼ਨ ਦੇਖਦੇ ਹਾਂ ਭਾਰਤ ਵਿੱਚ ਅਫਰਤਖ ਚੋਣ ਪ੍ਰਣਾਲੀ ਰਾਹੀਂ ਕਿਸ ਦੀ ਚੋਣ ਹੁੰਦੀ ਹੈ ਜੀ ਇਹ ਹੁੰਦੀ ਹੈ ਜੀ ਰਾਸ਼ਟਰਪਤੀ ਦੀ ਰਾਸ਼ਟਰਪਤੀ ਦੀ ਚੋਣ ਹੈ ਜਿਹੜਾ ਭਾਰਤ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਵੋਟ ਪਾਉਂਦੇ ਨੇ ਜਿਹੜੇ ਨਾਮਜ਼ਦ ਕੀਤੇ ਹੁੰਦੇ ਆ ਉਹ ਨਹੀਂ ਜੀ ਵੋਟ ਪਾਉਂਦੇ ਇੱਥੇ ਜਿਹੜੇ ਕੇਂਦਰ ਸ਼ਾਸਤ ਪ੍ਰਦੇਸ਼ ਨੇ ਉਹਨਾਂ ਵਿੱਚੋਂ ਦਿੱਲੀ ਤੇ ਪੱਡੂਚਰੀ ਉਹਨਾਂ ਦੇ 4 ਮੈਂਬਰੀ ਲਏ ਜਾਂਦੇ ਨੇ ਅਗਲਾ ਪ੍ਰਸ਼ਨ ਦੇਖਦੇ ਆਪਾਂ 34 ਨੰਬਰ ਪ੍ਰਸ਼ਨ ਭਾਰਤੀ ਜਨਤਾ ਪਾਰਟੀ ਕਦੋਂ ਹੋਣ ਵਿੱਚ ਆਈ 1977 ਦੇ ਵਿੱਚ ਜੇ ਕਾਂਗਰਸ ਬਾਰੇ ਪੁੱਛਿਆ ਜਾਵੇ ਇਹ 1885 ਦੇ ਵਿੱਚ ਬਣੀ ਸੀ ਜੀ ਕਾਂਗਰਸ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ 1977 ਦੇ ਵਿੱਚ 35 ਨੰਬਰ ਪ੍ਰਸ਼ਨ ਦੇਖਦੇ ਆ ਜੀ ਲੋਕਤੰਤਰ ਦਾ ਆਰੰਭ ਕਿਸ ਦੇਸ਼ ਵਿੱਚੋਂ ਮੰਨਿਆ ਜਾਂਦਾ ਹੈ ਜੁਨਾਨ ਤੋਂ ਮੰਨਿਆ ਜਾਂਦਾ ਜੀ ਲੋਕਤੰਤਰ ਦਾ ਆਰੰਭ ਹੋਇਆ ਅਗਲਾ ਪ੍ਰਸ਼ਨ ਦੇਖਦੇ ਆ ਜੀ ਪ੍ਰਸ਼ਨ ਨੰਬਰ 36 ਸਾਡੇ ਦੇਸ਼ ਵਿੱਚ ਲੋਕਤੰਤਰ ਦਾ ਸਰੂਪ ਕੀ ਹੈ ਜੀ ਗਣਤੰਤਰ ਹੈਗਾ ਇਹ ਸਰੂਪ ਹੈ ਜਿਹੜਾ ਸਾਡੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਜੀ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਆ ਉਹ 117 ਜੀ ਲੋਕ ਸਭਾ ਦੀ ਪੁੱਛਿਆ ਜਾਵੇ ਪੰਜਾਬ ਦੇ ਵਿੱਚ ਤਾਂ 13 ਜੀ ਜੇ ਰਾ ਸਭਾ ਦੀ ਪੁੱਛਿਆ ਜਾਵੇ ਤਾਂ 7 ਹੈ ਜੀ ਇਹ 38 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਕਿਸੇ ਰਾਜ ਵਿਧਾਨਪਾਲਿਕਾ ਦੀ ਚੋਣ ਤੋਂ ਬਾਅਦ ਉਸਦੇ ਪਹਿਲੇ ਸੈਸ਼ਨ ਨੂੰ ਕੌਣ ਸਮੋਦਿਤ ਕਰਦਾ ਹੈ ਸੋ ਇਹ ਰਾਜਪਾਲ ਸਮੋਦਿਤ ਕਰਦਾ ਜੀ ਕਿਸੇ ਰਾਜ ਦੀ ਵਿਧਾਨਪਾਲਿਕਾ ਦੀ ਜਦੋਂ ਪਹਿਲਾ ਸੈਸ਼ਨ ਸ਼ੁਰੂ ਹੁੰਦਾ ਹੈ 38 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਰਾਜ ਦਾ ਰਾਜਪਾਲ ਬਣਨ ਲਈ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ ਹੈ 35 ਸਾਲ ਨਿਸ਼ਚਿਤ ਕੀਤੀ ਗਈ ਹੈ ਜੀ ਪਾਰਲੀਮੈਂਟ ਸ਼ਬਦ ਕਿਹੜੀ ਭਾਸ਼ਾ ਤੋਂ ਦੇ ਸ਼ਬਦ ਪਾਰਲਰ ਤੋਂ ਬਣਿਆ ਜੇ ਫਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਬਣਿਆ ਜੀ 41 ਨੰਬਰ ਪ੍ਰਸ਼ਨ ਦੋਸਤੋ ਪੰਜਾਬ ਵਿੱਚੋਂ ਕਿੰਨੇ ਮੈਂਬਰ ਲੋਕ ਸਭਾ ਵਿੱਚ ਜਾਂਦੇ ਨੇ ਸੋ ਇਹ 13 ਜਾਂਦੇ ਨੇ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਰਾਜ ਸਭਾ ਦੇ ਵਿੱਚ 7 ਜਾਂਦੇ ਨੇ ਇਹ ਯਾਦ ਰੱਖਣਾ ਵਿਧਾਨ ਸਭਾ ਦੇ 117 ਹੋਗੇ ਬੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੌਣ ਚੁਣਦਾ ਜੀ ਲੋਕ ਸਭਾ ਚੁਣਦੀ ਹੈ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਆਪਣੇ ਵਿੱਚੋਂ ਇੱਕ ਲੀਡਰ ਚੁਣਦੇ ਨੇ ਜਿਹਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਣਾ ਦਿੰਦਾ ਅੱਗੇ ਪ੍ਰਸ਼ਨ ਨੰਬਰ 43 ਰਾਸ਼ਟਰਪਤੀ ਨੂੰ ਅਹੁਦਾ ਸੰਭਾਲਣ ਸਮੇਂ ਸੌਂ ਕੌਣ ਚੁਕਾਉਂਦਾ ਜੀ ਇਹ ਸੁਪਰੀਮ ਕੋਰਟ ਦਾ ਮੁੱਖ ਜੱਜ ਚੁਕਾਉਂਦਾ ਜੀ ਜੇਕਰ ਮੁੱਖ ਜੱਜ ਮੌਕੇ ਤੇ ਨਾ ਹੋਵੇ ਤਾਂ ਕੋਈ ਹੋਰ ਜੱਜ ਰਾਸ਼ਟਰਪਤੀ ਨੂੰ ਅਹੁਦਾ ਸੰਭਾਲਣ ਸਮੇਂ ਸੌਂ ਚੁਕਾਉਂਦਾਗਾ ਲੋਕ ਸਭਾ ਦੇ ਸਪੀਕਰ ਨੂੰ ਕੌਣ ਚੁਣਦਾ ਜੀ ਲੋਕ ਸਭਾ ਦਾ ਸਪੀਕਰ ਲੋਕ ਸਭਾ ਦੀ ਪਹਿਲੀ ਬੈਠਕ ਦੇ ਵਿੱਚ ਹੀ ਲੋਕ ਸਭਾ ਦੇ ਮੈਂਬਰਾਂ ਵੱਲੋਂ ਚੁਣ ਲਿਆ ਜਾਂਦਾ ਹੈ ਪਹਿਲਾ ਜਿਹੜਾ ਸਪੀਕਰ ਸੀਗਾ ਉਹ ਜੀ ਵੀ ਮਾਵਲਕਰ ਸੀ ਜੀ ਯਾਦ ਰੱਖਣਾ ਜੀ ਵੀ ਮਾਵਲਕਰ ਜੇਕਰ ਔਰਤ ਪੁੱਛਿਆ ਜਾਵੇ ਉਹ ਮੀਰਾ ਕੁਮਾਰੀ ਸੀ ਜੀ ਪਹਿਲੀ ਸਪੀਕਰ ਮੀਰਾ ਕੁਮਾਰੀ ਉੰਜ ਜੀ ਵੀ ਮਾਲਕ ਮਾਵਲ ਕਰ ਸੀਗਾ ਇਨਸਾਨ ਬੰਦੇ ਦੇ ਤੌਰ ਤੇ 45 ਨੰਬਰ ਪ੍ਰਸ਼ਨ ਦੇਖਦੇ ਆਂ ਦੋਸਤੋ ਲੋਕ ਸਭਾ ਵੱਲੋਂ ਪਾਸ ਕੀਤੇ ਗਏ ਧਾਨ ਬਿੱਲ ਨੂੰ ਰਾਜ ਸਭਾ ਕਿੰਨੇ ਦਿਨਾਂ ਤੱਕ ਵਾਪਸ ਪੇ ਸਕਦੀ ਹੈ ਸੋ ਇਹ 14 ਦਿਨਾਂ ਤੱਕ ਵਾਪਸ ਪੇ ਸਕਦੀ ਹੈ ਜੀ ਕੋਈ ਧਾਨ ਬਿੱਲ ਹੈ ਜਾਂ ਨਹੀਂ ਇਹਦਾ ਫੈਸਲਾ ਕੌਣ ਕਰਦਾ ਜੀ ਇਹਦਾ ਫੈਸਲਾ ਕਰਦਾ ਜੀ ਲੋਕ ਸਭਾ ਦਾ ਸਪੀਕਰ ਵੀ ਕਿਹੜਾ ਬਿੱਲ ਧਾਨ ਬਿੱਲ ਹੈ ਜਾਂ ਨਹੀਂ ਸੋ ਇਹ ਆਰਟੀਕਲ 110 ਦੇ ਅਧੀਨ ਹੈ ਜੀ 91 47 ਨੰਬਰ ਪ੍ਰਸ਼ਨ ਦੋਸਤੋ ਲੋਕ ਸਭਾ ਨੂੰ ਭੰਗ ਕਰਨ ਦੀ ਸਲਾਹ ਰਾਸ਼ਟਰਪਤੀ ਨੂੰ ਕੌਣ ਦੇ ਸਕਦਾ ਹੈ ਲੋਕ ਸਭਾ ਨੂੰ ਭੰਗ ਕਰਨ ਦੀ ਜਿਹੜੀ ਸਲਾਹ ਉਹ ਪ੍ਰਧਾਨ ਮੰਤਰੀ ਦਿੰਦਾ ਜੀ ਰਾਸ਼ਟਰਪਤੀ ਨੂੰ ਕਾਨੂੰਨ ਨੂੰ ਲਾਗੂ ਕੌਣ ਕਰਦਾ ਜੀ ਇਹ ਕਾਰਜਪਾਲਿਕਾ ਲਾਗੂ ਕਰਦੀ ਹੈ ਕਾਨੂੰਨ ਨੂੰ ਸੰਸਦ ਹੈ ਜਿਹੜਾ ਉਹ ਕਾਨੂੰਨ ਬਣਾਉਂਦਾ ਜੀ ਕਾਰਜਪਾਲਿਕਾ ਲਾਗੂ ਕਰਦੀ ਹੈ ਨਿਆਂਪਾਲਿਕਾ ਕਾਨੂੰਨ ਦੀ ਰੱਖਿਆ ਕਰਦੀ ਹੈ ਯਾਦ ਰੱਖਣਾ 49 ਨੰਬਰ ਪ੍ਰਸ਼ਨ ਦੇਖਦੇ ਆ ਦੋਸਤੋ ਜ਼ਿਲ੍ਹੇ ਪੱਧਰ ਤੇ ਕਿਹੜੀਆਂ ਅਦਾਲਤਾਂ ਸਥਿਤ ਹੁੰਦੀਆਂ ਨੇ ਜੀ ਸੈਸ਼ਨ ਜੱਜ ਦੀਆਂ ਅਦਾਲਤਾਂ ਹੁੰਦੀਆਂ ਨੇ ਜੀ ਜ਼ਿਲ੍ਹੇ ਲੈਵਲ ਤੇ 50 ਨੰਬਰ ਪ੍ਰਸ਼ਨ ਦੋਸਤੋ ਸਰਵੋੱਚ ਅਦਾਲਤ ਕਿੱਥੇ ਸਥਿਤ ਹੈ ਜੀ ਸਰਵੋੱਚ ਅਦਾਲਤ ਹੈ ਜਿਹੜੀ ਜੀ ਇਹ ਨਵੀਂ ਦਿੱਲੀ ਦੇ ਵਿੱਚ ਹੈ ਸਰਵੋੱਚ ਅਦਾਲਤ ਇਹ 1974 ਦੇ ਵਿੱਚ ਇਸ 1774 ਦੇ ਵਿੱਚ ਬਣੀ ਸੀ ਜੀ 1774 ਦੇ ਐਕਟ ਦੇ ਅਧੀਨ ਇਹ ਕਲਕੱਤਾ ਦੇ ਵਿੱਚ ਬਣੀ ਸੀਗੀ ਸੋ ਦੋਸਤੋ ਆਰਟੀਕਲ 124 ਤੋਂ 147 ਇਹ ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਨੇ ਜੇਕਰ ਪੁੱਛ ਲਿਆ ਜਾਵੇ ਵੀ ਪਹਿਲਾ ਜੱਜ ਕਿਹੜਾ ਸੀਗਾ ਸੁਪਰੀਮ ਕੋਰਟ ਦਾ ਉਹ ਸੀ ਜੀ ਐਚ ਜੇ ਕਨਈਆ ਇਹ ਪਹਿਲਾ ਜੱਜ ਜੱਜ ਸੀ ਸੁਪਰੀਮ ਕੋਰਟ ਦਾ ਸੋ ਦੋਸਤੋ ਵੈਰੀ ਇੰਪੋਰਟੈਂਟ ਗੱਲ ਇਹ ਹੈ ਵੀ ਜੇਕਰ ਹੁਣ ਪੁੱਛ ਲਿਆ ਜਾਵੇ ਸੁਪਰੀਮ ਕੋਰਟ ਦਾ ਹੁਣ ਜੱਜ ਕੌਣ ਹੈ ਉਹ ਹੈ ਜੀ ਐਨ ਵੀ ਰਾਮਣਾ ਐਨ ਵੀ ਰਾਮਣਾ ਇਹ ਬਣੇ ਨੇ 24 ਅਪ੍ਰੈਲ ਨੂੰ ਹੁਣੇ ਬਣੇ ਨੇ ਪਿੱਛੇ ਜੇ 24 ਅਪ੍ਰੈਲ 2021 ਨੂੰ ਇਹ ਬਣੇ ਨੇ ਜੀ ਪਹਿਲਾਂ ਸਰਦ ਅਰਵਿੰਦ ਬੋਬੜੇ ਸਨ ਹੁਣ ਇਹ 24 ਅਪ੍ਰੈਲ 1921 ਨੂੰ ਐਨ ਵੀ ਰਾਮਣਾ ਇਹ ਜਿਹੜੇ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਸੋ ਦੋਸਤੋ ਇਹ ਸਨ ਵੈਰੀ ਇੰਪੋਰਟੈਂਟ 50 ਬਨ ਲਾਈਨਰ जीके ਨਾਲ ਸੰਬੰਧਿਤ ਪ੍ਰਸ਼ਨ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਕਰਨਾ ਸੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ